ਮੌਰੀਆ ਕਾਲ ਦਾ ਮਾਨਕ ਸਿੱਕਾ ਸੀ ਪਨ। ਬੌਧ ਅਤੇ ਜੈਨ ਧਰਮ ਵਿੱਚ ਅਸਮਾਨਤਾ ਹੈ ਆਤਮਾ ਦੀ। ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਹੋਈ ਲਾਹੌਰ ਵਿੱਚ। ਸਿੱਖਾਂ ਦੇ ਛੇਵੇਂ ਗੁਰੂ ਹਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਸੀ ਲਾਹੌਰ। ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਸੀ ਸ਼ੁੱਕਰ ਚੱਕਿਆ ਮਿਸਲ ਦੇ ਨਾਲ। ਅਕਬਰ ਦਾ ਰਾਜ ਕਵੀ ਸੀ ਫੈਜੀ। ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਸੀ ਦੀਨਾਨਾਥ। ਅਬਦਾਲੀ ਨੇ ਪੰਜਵਾਂ ਹਮਲਾ ਕੀਤਾ 1759 ਤੋਂ 61 ਈਸਵੀ ਤੱਕ। ਅਹਿਮਦ ਸ਼ਾਹ ਅਬਦਾਲੀ ਬਾਦਸ਼ਾਹ ਸੀ ਅਫਗਾਨਿਸਤਾਨ ਦਾ। ਅੰਗਰੇਜ਼ਾਂ ਨੇ ਪੰਜਾਬ ਉੱਤੇ ਅਧਿਕਾਰ ਕੀਤਾ 1849 ਈਸਵੀ। ਆਨੰਦ ਸਾਹਿਬ ਰਚਨਾ ਹੈ ਸ਼੍ਰੀ ਗੁਰੂ ਅਮਰਦਾਸ ਜੀ ਦੀ। ਸਲੇਖਣ ਤੋਂ ਭਾਵ ਹੈ ਵਰਤਣਾ, ਸਰੀਰ ਦਾ ਅੰਤ। ਪਿਸ਼ਕ ਸ਼ਬਦ ਤੋਂ ਭਾਵ ਹੈ ਵੈਦ। ਰਣਜੀਤ ਸਿੰਘ ਨੇ ਕਸ਼ਮੀਰ ਜਿੱਤ ਲਈ ਮੁਹਿੰਮਾਂ ਭੇਜੀਆਂ 4 ਮੁਹਿੰਮਾਂ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਮੁਗਲ ਬਾਦਸ਼ਾਹ ਸੀ ਔਰੰਗਜ਼ੇਬ। ਅਹਿਮਦ ਸ਼ਾਹ ਅਬਦਾਲੀ ਵੱਲੋਂ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਮੀਰ ਮੰਨੂ ਨੂੰ। ਦੀਵਾਨ ਨੇ ਵਕੂਫ ਦੀ ਸਥਾਪਨਾ ਕੀਤੀ ਗਈ ਜਲਾਲੂਦੀਨ ਖਿਲਜੀ ਵੱਲੋਂ। ਖੁਸਰੋ ਸੀ ਜਹਾਂਗੀਰ ਦਾ ਪੁੱਤਰ। ਖੁਜਰਾਹੋਂ ਦੇ ਮੰਦਰਾਂ ਸੰਬੰਧ ਹੈ ਚਾਹਮਾਨ ਦੇ ਨਾਲ। ਲੋਧੀ ਵੰਸ਼ ਦਾ ਸੰਸਥਾਪਕ ਸੀ ਇਬਰਾਹਿਮ ਲੋਧੀ।